ਕਾਲਾ ਸਿੰਘਾਂ ਤੇ ਸਿੰਘੜਾਂ ਨੇ ਦੀਮਾ ਅਗਲੇ ਮੈਚ ਦੇ ਵਾਸਤੇ ਪੁੱਜਣ ਕਾਲਾ ਸਿੰਘਾਂ ਤੇ ਸਿੰਘੜਾਂ ਉੱਪਰ ਦਾ ਮੈਚ ਇੱਕ ਬੇਨਤੀ ਹੈ ਸਮੁੱਚੀ ਖੇਡ ਕਲੱਬ ਦੇ ਵੱਲੋਂ ਕਿ ਜਿਹਨਾਂ ਲੀਗਾਂ ਦੇ ਸੜਕ ਦੇ ਉੱਪਰ ਰਸਤੇ ਤੇ ਮੋਟਰਸਾਈਕਲ ਲੱਗੇ ਹੈ ਉਹ ਪਲੀਜ਼ ਇਹਦੇ ਗਰਾਊਂਡ ਦੇ ਆਲੇ ਦੁਆਲੇ ਬਾਅਦ ਜਗ੍ਹਾ ਇਧਰਲੇ ਪਾਸੇ ਲਾ ਦਿਓ ਮੇਰਾ ਵੀਰ ਕਾਲਾ ਸਿੰਘਾਂ ਤੇ ਸਿੰਘੜਾਂ ਕਬੱਡੀ ਓਪਨ ਦਾ ਮੈਚ ਹੋਵੇਗਾ ਦੋਨੋਂ ਟੀਮਾਂ ਗਰਾਊਂਡ ਵਿੱਚ ਪੁੱਜਣ ਖੇਡ ਗਰਾਊਂਡ ਵਿੱਚ ਗੋਬਿੰਦਪੁਰ ਬਠਿੰਡੇ ਵਾਲਾ ਨੌਜਵਾਨ ਅਗਲੀ ਕਬੱਡੀ ਪਾ ਰਿਹਾ ਹੈ ਪਾਈ ਹੋਈ ਕਬੱਡੀ ਤੇ ਕਾਂ ਦੇ ਕੋਲਰਵਾਂ ਨੂੰ ਨੰਬਰ 23 ਭਾਵੀ ਦੇ ਵਾਸਤੇ ਨੰਬਰ 1 ਦੇ ਵਾਸਤੇ ਜੁੜ ਗਿਆ ਭਾਵੀ ਬੱਗੇ ਪਿੰਡੀ ਦਾ ਕਬੱਡੀ ਨੌਜਵਾਨ ਲੈ ਬੱਗੇ ਪਿੰਡ ਵਾਲਾ ਕਦੇ ਕਹਿੰਦੇ ਵੀ ਬੱਗੇ ਪਿੰਡ ਦੇ ਮੰਗੀ ਦਾ ਨਾਮ ਕਦੇ ਬਲਵੀਰ ਦਿੱਲੋਂ ਦੀ ਗੱਲ ਹੋਈ ਹੈ ਤੇ ਕਦੇ ਪਰਮਜੀਤ ਪੰਬੇ ਦੀ ਗੱਲ ਕਦੇ ਕਹਿੰਦੇ ਵੀ ਗੱਜਣ ਦਾ ਨਾਮ ਪ੍ਰਸਿੱਧ ਹੋਇਆ ਤੇ ਕਦੇ ਗਿੰਦੇ ਦਾ ਕਦੇ ਮੰਗੀ ਦਾ ਕਦੇ ਮੰਨੇ ਨਾਰਵਾਂ ਦਾ ਕਹਿੰਦੇ ਵੀ ਵੱਡੇ ਪੱਧਰ ਦੇ ਖਿਡਾਰੀ ਜਿਹੜੇ ਆ ਬੱਗੇ ਬੱਡੀ ਪੱਤੀ ਦੇ ਪੈਦਾ ਹੋਏ ਆ ਇਹਦੇ ਕਬੱਡੀ 365 ਦੇ ਜ਼ਰੀਏ ਖੇਡ ਮੇਲਾ ਅੱਜ ਪੂਰੀ ਦੁਨੀਆ ਭਰ ਦੇ ਦਿਖਾਇਆ ਜਾ ਰਿਹਾ ਹੈ ਕਮਲ ਜੀ ਪੱਪਾ ਜੀ ਸਰਪੰਚ ਸਾਹਿਬ ਵੀ ਜੁੜ ਗਏ ਉਹਨਾਂ ਦਾ ਵੀ ਬਹੁਤ ਬਹੁਤ ਸਤਿਕਾਰ ਇੱਥੇ ਪੁੱਜਣ ਤੇ ਕਾਲਾ ਸਿੰਘਾਂ ਤੇ ਦੂਸਰੇ ਪਾਸੇ ਸਿੰਦਰਾ ਬਹੁਤ ਜਲਦੀ ਖੇਡ ਦੇ ਮੈਦਾਨ ਪੁੱਜਣ ਗਿਆ ਇਹਦੇ ਸਰ ਅਮਰੀਸ਼ ਸਿੰਘ ਦੋਲ ਸਾਹਿਬ ਔਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਾਡੇ ਸਰਕਾਰ ਇਸ ਵਾਰ ਮਨਜੀਤ ਸਿੰਘ ਦੋਲ ਸਾਹਿਬ ਸਾਡੇ ਉੱਥੇ ਗੁਰਦੇਵ ਪੱਪੂ ਪੰਛੀ ਜੀ ਆਪਣੇ ਸਾਥੀਆਂ ਦੇ ਨਾਲ ਤੁਹਾਡੀ 365 ਦੇ ਜ਼ਰੀਏ ਖੇਡ ਮੇਲੇ ਨੂੰ ਦੇਖ ਰਹੇ ਨੇ ਅੱਜ ਬਰਨਾਲੀਪੁਰ ਦੀ ਧਰਤੀ ਤੇ ਰਾਣਕਾਂ ਲੱਗ ਰਹੀਆਂ ਹੈ ਇਲਾਕੇ ਭਰ ਦੇ ਸਰਕਾਰ ਦੇ ਵੀਰ ਬੱਜਰਾਂ ਨੇ ਜੀ ਆ ਨੂੰ ਆਖਿਆ ਜਾ ਰਿਹਾ ਹੈ ਖੇਡ ਗਰਾਊਂਡ ਦੇ ਵਿੱਚ ਇਸ ਵੇਲੇ ਕਬੱਡੀ ਸਾਹਮਣੇ ਗੋਬਿੰਦਪੁਰ ਬਠਿੰਡੇ ਵਾਲਾ ਪਾ ਰਿਹਾ ਨੌਜਵਾਨ ਹੈ ਤੇਰੀ ਰਾਸ਼ੀ ਨੇ ਕਿ ਜਨਮ ਕਬੱਡੀ ਦਾ ਪੰਜਾਬ ਦੇ ਵਿੱਚ ਹੋਇਆ ਗੁਰਤ ਦਿੱਤੀ ਇਹਨੂੰ ਪੰਜਾਬ ਪਾਣੀਆਂ ਨੇ ਵਧਣ ਫੁੱਲਣ ਲਈ ਪੰਜਾਬ ਦੀ ਗੋਦ ਮਿਲਗੀ ਪਾਰਿਆ ਪਲੋਸਿਆ ਪੰਜਾਬੀ ਸਵਾਣੀਆਂ ਨੇ ਤੁਰਨਾ ਸਿੱਖਿਆ ਬਾਣਾ ਵਿੱਚ ਇਸ ਨੇ ਅਸੀਂ ਦਿੱਤੀ ਗੁਰੂਆਂ ਪੀਰਾਂ ਦੀਆਂ ਬਾਣੀਆਂ ਨੇ ਜਿਹੜਾ ਜੋਬਨ ਕਬੱਡੀ ਤੇ ਅੱਜ ਚੜਿਆ ਪੈਂਦੀਆਂ ਦੇਸ਼ ਪ੍ਰਦੇਸ਼ ਬੜੀ ਕਹਾਣੀਆਂ ਨੇ ਲੋਕ ਬੋਲਾਂ ਤੇ ਗੱਲ ਹੁੰਦੀ ਹੈ ਸਾਹਮਣੇ ਕਬੱਡੀ ਦਾ ਮੈਦਾਨ ਇਸ ਵੇ ਬੱਗੇ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਤੇ ਕਲਾਰਾਪੁਰ ਦਾ ਬੱਬੀ ਇਸ ਵੇ ਬਾਹਰ ਤੋਂ ਕਿਸੇ ਇਸ਼ਾਰਾ ਕਰਦਾ ਹੈ ਕਿ ਨੰਬਰ ਧਾਵੀ ਦੇ ਵਾਸਤੇ ਹੈ ਕਿ ਧਾਵੀ ਕਹਿੰਦਾ ਉੱਡ ਉੱਡ ਪਾਊਂਗਾ ਕਬੱਡੀਆਂ ਹੱਥਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨਹੀਂ ਵੱਡੀਆਂ ਹੱਥਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨਹੀਂ ਵੱਡੀਆਂ ਉਦੋਂ ਸਿੰਘ ਸਾਡੇ ਵੀ ਸੋਢਾ ਸ਼ਾਪ ਵਾਲੇ ਵੀ ਪੁੱਜੇ ਨੇ ਸੰਗੋਜਲਾ ਪਿੰਡ ਆ ਜਿਹਨਾਂ ਦਾ ਬਹੁਤ ਹੀ ਸਤਿਕਾਰ ਹੋ ਗਈ ਹੈ ਬਹੁਤ ਬਹੁਤ ਧੰਨਵਾਦ ਪੁੱਜਣ ਤੇ ਸਿੰਘ ਸੋਢਾ ਸ਼ਾਪ ਵਾਲੇ ਵੀ ਪੁੱਜੇ ਆ ਸੰਗੋਜ ਦੇ ਪਿੰਡ ਤੋਂ ਇਧਰ ਬੱਗੇ ਪਿੰਡ ਵਾਲਾ ਨੌਜਵਾਨ ਕੈਂਚੀ ਲਾ ਕੇ ਤੇ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਨ ਦਾ ਪੂਰਾ ਯਤਨ ਕਰ ਰਿਹਾ ਹੈ ਤੇ ਲੱਗ ਗਈ ਹੈ ਕੈਂਚੀ ਤੇ ਨੰਬਰ ਜਾਫੀ ਦੇ ਵਾਸਤੇ ਜੁੜ ਗਿਆ ਹੈ ਸਿੰਦੜਾ ਤੇ ਦੂਸਰੇ ਪਾਸੇ ਕਾਲਾ ਸਿੰਘਾਂ ਜੇਕਰ ਚੱਲਦੇ ਮੈਚ ਦੇ ਦੌਰਾਨ ਕਬੱਡੀ ਓਪਨ ਟੀਮਾਂ ਨਹੀਂ ਪੁੱਜਣਗੀਆਂ ਤੇ ਦੋਨੋਂ ਟੀਮਾਂ ਕੱਢ ਦਿੱਤੀਆਂ ਜਾ ਰਹੀਆਂ ਕਾਲਾ ਸਿੰਘਾਂ ਤੇ ਸਿੰਦੜਾ ਕਬੱਡੀ ਓਪਨ ਇਹ ਦੋਨੋਂ ਟੀਮਾਂ ਖੇਡ ਗਰਾਊਂਡ ਵਿੱਚ ਪੁੱਜਣ ਨਾਲ ਦੱਸੇ ਸਰਦਾਰ ਬਾਜੂ ਦੀ ਪਾਈ ਹੋਈ ਕਬੱਡੀ ਹੈ ਬੱਗੇ ਪਿੰਡ ਵਾਲੇ ਦੀ ਦੱਸੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਸਿੱਖੀ ਕਿ ਕਲਗੀਆਂ ਵਾਲਾ ਲਿਖਿਆ ਕਿ ਸਿੱਖ ਤੇਰੀ ਕਾਗਜ਼ ਕੰਮ ਤੋਂ ਤੇਰਾ ਆਕਾਰ ਵੱਡਾ ਤੇਰੇ ਚੋਲ ਤੇਰੀ ਵਡਿਆਈ ਤੇਰੇ ਖੁਨ ਦਾ ਚੋਜੀ ਭੰਡਾਰ ਵਧਾ ਕੀਤੀ ਤਨ ਕੁਰਬਾਨੀ ਮੇਰੇ ਚਾਚਾ ਦੀ ਕੀਤਾ ਸਿਰਾਂ ਦਾ ਤੁਸੀਂ ਵਪਾਰ ਵਧਾ ਕਿ ਜੁਗਾ ਜੁਗਣਾ ਲੱਖਣਾ ਖਾਲਸੇ ਤੋਂ ਸਿੱਖ ਕਾਮ ਤੇ ਤੇਰਾ ਉਦਾਰ ਵਧਾ ਸਿੱਖ ਕਾਮ ਤੇ ਤੇਰਾ ਉਦਾਰ ਵਧਾ ਸਾਹਮਣੇ ਗੋਬਿੰਦਪੁਰ
ਇਸ ਵੇਲੇ ਬਠਿੰਡੇ ਵਾਲਾ ਕਬੱਡੀ ਪਾਰੇ ਵਾਲਾ ਲੜਦਾ ਨਾ ਤੇ ਡੱਗੇ ਪਿੰਡ ਵਾਲਾ ਡੱਕਣ ਦਾ ਪੂਰਾ ਯਤਨ ਕਰਦਾ। ਇਧਰ ਪਈ ਹੋਈ ਕਬੱਡੀ 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 ਮੈਦਾਨ ਹੁੰਦੀ ਹੋਈ ਤੇ ਨੰਬਰ ਧਾਵੀ ਦੇ ਵਾਸਤੇ ਇੱਕ ਮੇਰੀ ਬੇਨਤੀ ਆ ਵੀ ਆਹ ਵੀਰ ਲੱਗਾ ਤੇ ਹੱਥ ਰੱਖ ਕੇ ਫਿਰੇ ਆ ਬਾਜੀ ਬਾਹਰ ਹੋ ਜਾਓ ਸਿਰਫ ਖੇਡ ਗਰਾਉਂਡ ਦੇ ਖਿਡਾਰੀ ਰਹਿਣ ਬਾਕੀ ਜਿਹੜੇ ਸਪੋਰਟਰ ਆ ਬਾਹਰ ਜੇ ਇੱਕ ਦਿਨ ਚਾਰ ਚਾਰ ਸਪੋਰਟਰਾਂ ਲੱਗ ਗਿਆ ਤੇ ਗਰਾਉਂਡ ਜਿਹੜੀ ਸਪੋਰਟਰਾਂ ਨਾਲ ਵਰਗਣੀ ਹੈ ਸਿੰਗਰਾਂ ਤੇ ਕਾਲਾ ਸਿੰਘਿਆ ਇਹ ਦੋਨੋਂ ਟੀਮਾਂ ਅੱਜ ਕਿਤੇ ਦਿਖਾਈ ਦੇ ਰਹੀਆਂ ਗੋਪੀ ਵੀਰ ਕਰੋ ਵੀ ਸੰਪਰਕ ਇਹਨਾਂ ਖਿਡਾਰੀਆਂ ਦੇ ਨਾਲ ਕਾਲਾ ਸਿੰਘਿਆ ਤੇ ਸਿੰਗੜਾ ਸੈਮੀ ਫਾਈਨਲ ਮੈਚ ਹੈ ਇਹ ਦੋਨੋਂ ਟੀਮਾਂ ਫਿਰ ਗਰਾਉਂਡ ਵਿੱਚ ਪੁੱਜਣ ਸਰਦਾਰ ਮੁਕੀ ਸੀ ਡੋਲ ਸਾਹਿਬ ਨਾਲ ਵੀ ਬੇਨਤੀ ਹੈ ਇਹਨਾਂ ਖਿਡਾਰੀਆਂ ਨੂੰ ਵੀ ਦਿੱਤੇ ਸਮੇਂ ਦੇ ਅਨੁਸਾਰ ਟੀਮਾਂ ਲੇਟ ਨੇ ਟੀਮਾਂ ਦੇ ਖਿਡਾਰੀ ਬੇਨਤੀ ਨੂੰ ਮੰਨਦੇ ਹੋਏ ਫਿਰ ਗਰਾਉਂਡ ਵਿੱਚ ਪੁੱਜਣ ਕਾਲਾ ਸਿੰਘਿਆ ਤੇ ਸਿੰਗੜਾ ਤੇ ਦੂਸਰਾ ਸੈਮੀ ਹੋਵੇਗਾ ਕੋਹਾਲੇ ਦਾ ਬੰਗਾਲੀਪੁਰ ਦੇ ਨਾਲ ਬਾਬਾ ਜੋਗਾ ਸਿੰਘ ਯੂਥ ਸਪੋਰਟਸ ਕਲੱਬ ਕੋਹਾਲਾ ਤੇ ਬਾਬਾ ਜੋਰਾਵਰ ਸਿੰਘ ਸਪੋਰਟਸ ਕਲੱਬ ਬਨਵਾਲੀਪੁਰ ਇਹ ਦੂਸਰਾ ਸੈਮੀ ਮੈਚ ਖੇਡੇ ਜਾਵੇਗਾ ਇਹ ਟੀਮਾਂ ਵੀ ਬਿਲਕੁਲ ਤਿਆਰ ਹੋ ਜਾਣਗੇ ਆਪਣੇ ਅਗਲੇ ਮੈਚ ਦੇ ਵਾਸਤੇ ਇਧਰ ਪਿੱਤਾ ਹਾਈਫਾ ਡਿਜੀਟਲ ਸਟੂਡੀਓ ਕਾਲੇ ਸਿੰਘਾਂ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿੱਥੇ ਬਿੱਤੂ ਵੀ ਲੱਗੀ ਹੋਈ ਹੈ ਤੇ ਸੁੰਦਰ ਗਰਾਉਂਡ ਵਿੱਚ ਮੁਕਾਬਲੇ ਖੇਡੇ ਜਾ ਰਹੇ ਨੇ ਬਨਵਾਲੀਪੁਰ ਦੀ ਧਰਤੀ ਜਿੱਥੇ ਅੱਜ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਨਾਮ ਅਕੈਡਮੀਆਂ ਦੁਨੀਆ ਦੇ ਮਹਾਨ ਕਬੱਡੀ ਦੇ ਖਿਡਾਰੀ ਜਿਹੜੇ ਆ ਉਹ ਪੁੱਜਣਗੇ ਆਪਣੀਆਂ ਟੀਮਾਂ ਦੇ ਨਾਲ ਤੇ ਸਾਹਮਣੇ ਕਬੱਡੀ ਦਾ ਮੈਦਾਨ ਇਸ ਵੇਲੇ ਅਗਲੀ ਕਬੱਡੀ ਗੋਬਿੰਦਪੁਰ ਬਠਿੰਡੇ ਵਾਲਾ ਗੱਭਰੂ ਪਾ ਰਿਹਾ ਕਿ ਗੱਭਰੂ ਪੁੱਤ ਕਬੱਡੀ ਖੇਡਦੇ ਸ਼ੇਰ ਬਣ ਕੇ ਪਲਵਾਨ ਦੇਖੋ ਵਿੱਚ ਮੈਦਾਨੇ ਗਰਜਦੇ ਫਲਾਦੀ ਜੁੱਸੇ ਨੇ ਬਲਵਾਨ ਇਹ ਸ਼ਮੀਆਂ ਦਿਨ ਕਮੋੜਦੇ ਜਦ ਰਹਿੰਦੇ ਹੋ ਕਪਤਾਨ ਸ਼ੇਰਾਂ ਵਰਗੀ ਰੱਖਦੇ ਤੇ ਸਾਨਾ ਵੰਤ ਕਰਾਣ ਜਾਹੀ ਤੂੰ ਤੇ ਮੁਸ਼ੇ ਵੰਗਰਾ ਮੇਰੇ ਅੜਕੇ ਫੇਰ ਵਿਖਾਣ ਕਰਦੇ ਖੂਨ ਪਸੀਨਾ ਇੱਕ ਹੋ ਐਵੇਂ ਪੜਦੀ ਨੀ ਪਹਿਚਾਣ ਕਾਲਾ ਸਿੰਘਾਂ ਤੇ ਸਿੰਗੜਾਂ ਨੂੰ ਲਾਸਟ ਕਾਲ ਹੈ ਨੋਟ ਕਰ ਲਓ ਦੋਨੋਂ ਟੀਮਾਂ ਕਾਲਾ ਸਿੰਘਾਂ ਤੇ ਸਿੰਗੜਾਂ ਜਿਹੜੀ ਟੀਮ ਸਮੇਂ ਨਾ ਪੁੱਜੀ ਟੀਮ ਕੱਟ ਦਿੱਤੀ ਜਾਵੇਗੀ ਦਾਖਲਾ ਪੜਦਾ ਕਹਿੰਦੇ ਵੀ ਰਕੇਸ਼ੀ ਵੀ ਪੁੱਜ ਗਿਆ ਮਹਾਨ ਕਬੱਡੀ ਦਾ ਖਿਡਾਰੀ ਇਹ ਵੀ ਨੌਜਵਾਨ ਹੈ ਰਕੇਸ਼ੀ ਦਾਖਲ ਮੈਚ ਤੋਂ ਪੁੱਜਣ ਤੋਂ ਬਾਅਦ ਬਸ ਸਤਿਕਾਰ ਤੇ ਚੱਲ ਵੀ ਗੱਭਰੂ ਆ ਪਾਸ ਕਬੱਡੀ ਕਾਲਾ ਸਿੰਘਿਆਂ ਤੇ ਸਿੰਗੜਾ ਇਹ ਟੀਮਾਂ ਅਤੇ ਗਰਾਉਂਡ ਵਿੱਚ ਵੀ ਪੁੱਜੀਆਂ ਮੇਰੀ ਬੇਨਤੀ ਹੈ ਦੋਨੋਂ ਟੀਮਾਂ ਨੂੰ ਓਪਨ ਦਾ ਸੈਮੀ ਫਾਈਨਲ ਮੈਚ ਹੋਵੇਗਾ ਕਾਲਾ ਸਿੰਘਿਆਂ ਤੇ ਸਿੰਗੜਾ ਦਾ ਇਹ ਖੇਡ ਗਰਾਉਂਡ ਵਿੱਚ ਟੀਮਾਂ ਪੁੱਜਣਗੀਆਂ ਉਧਰ ਸਿਨਮਾ ਦੇ ਹੈਪੀ ਪੰਡਿਤ ਉਹਨਾਂ ਦਾ ਇਸ਼ਾਰਾ ਵੀ ਦਿੰਦਾ ਜਾਫੀ ਦੇ ਲਈ ਹੈ ਤੇ ਕੁਲਾਰਾ ਵਾਲੇ ਗੱਡੀ ਨੇ ਇਸ਼ਾਰਾ ਕੀਤਾ ਵੀ ਹਾਲ ਸਮਾਂ ਹੋ ਗਿਆ ਹੈ ਇਸ ਚੱਲਦੇ ਹੋਏ ਮੁਕਾਬਲੇ ਦਾ ਅੱਧਾ ਸਮਾਂ ਹੋ ਚੁੱਕਿਆ ਹੈ ਨੈਕਸਟ ਮੈਚ ਦੀਆਂ ਟੀਮਾਂ ਕਾਲਾ ਸਿੰਘਿਆਂ ਤੇ ਸਿੰਗੜਾ ਦੋਨੋਂ ਖੇਡ ਗਰਾਉਂਡ ਵਿੱਚ ਪੁੱਜਣ ਇਹਦੇ ਨਾਲ ਜਿੰਨੀਆਂ ਵੀ ਸਰਕਾਰ ਦੇ ਸ਼ਹੀਦਾਂ ਐਂਗਰੇ ਭਰਾ ਗੁਜਰਾਂ ਨੇ ਲਾਕੇ ਵਰਦੀਆਂ ਸੰਗਤਾਂ ਗੁਜਰੀਆਂ ਜੀ ਆਇਆਂ ਨੂੰ ਬਾਬਾ ਜੋਰਾਵਰ ਸਿੰਘ ਸਪੋਰਟਸ ਕਲੱਬ ਬਨਵਾਲੀਪੁਰ ਤੇ ਗ੍ਰਾਮ ਪੰਚਾਇਤ ਵੱਲੋਂ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਸਿੰਗੜਾਂ ਦੀ ਟੀਮ ਤੇ ਕਾਲੇ ਸਿੰਘਾਂ ਦੀ ਟੀਮ ਅਜੇ ਤੱਕ ਕਿਤੇ ਦਿਖਾਈ ਨਹੀਂ ਦੇ ਰਹੀ ਕੱਪੜੇ ਲਾਉਣ ਦੀ ਸਿੰਗੜਾਂ ਤੇ ਦੂਸਰੇ ਪਾਸੇ ਕਾਲਾ ਸਿੰਘਿਆਂ ਕੁਹਾਲੇ ਦੀ ਟੀਮ ਜੇਕਰ ਪੁੱਜੀਏ ਤੇ ਸੰਪਰਕ ਕੁਹਾਲੇ ਦੀ ਟੀਮ ਕਬੱਡੀ ਓਪਨ ਕੁਹਾਲਾ ਤੇ ਬਨਵਾਲੀਪੁਰ ਇਹ ਦੂਜਾ ਸੈਮੀਫਾਈਨਲ ਮੈਚ ਹੋਵੇਗਾ ਇਹ ਵੀ ਤਿਆਰ ਹੋ ਜਾਣਾ ਕਾਲਾ ਸਿੰਘਿਆਂ ਤੇ ਸਿੰਗੜਾਂ ਇਹ ਤਾਂ ਸਾਡੀ ਗੁਰਤਾਰ ਨੇ ਵੀ ਪੁੱਜੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਕਬੱਡੀ ਖੇਲ ਦੇ ਨਾਲ ਜਵਾਬ ਦੇਖੋ ਪੰਜਾਬੀ ਵਿਰਸੇ ਦੀ ਇਹਨੇ ਜਾਨ ਗੱਭਰੂ ਸਵਾਲ ਚ ਨਿਮਰਤਾ ਹਿੱਕਾਂ ਵਿੱਚ ਜ਼ੋਰ ਜਾਦਾ ਮੇਰੇ ਸੋਹਣੇ ਪੰਜਾਬ ਦੀ ਨੇ ਸ਼ਾਨ ਗੱਭਰੂ ਇੱਕ ਇੱਕ ਨੰਬਰ ਤੇ ਸ਼ਾਬਾਸ਼ ਖੜਦੇ ਨੇ ਅੱਡੀ ਚੋਟੀ ਦਾ ਲਾਉਂਦੇ ਨੇ ਤਾਨ ਗੱਭਰੂ ਸ਼ਹਿਰ ਦੀ ਕਲਾ ਗ੍ਰਹਿ ਮਾਵਾਂ ਦੇ ਸ਼ੇਰ ਬੱਲੇ ਰਹਿਣੇ ਬਿਲੇ ਬੜੇ ਦੇਸ਼ ਦਾ ਹਿਮਾਨ ਗੱਭਰੂ ਖਿਡਾਰੀ ਨੋਟ ਕਰੋ ਵੀ ਠੀਕ ਜਿਹੜੇ 12 ਵੱਜ ਚੁੱਕੇ ਹੈ ਇੱਕ ਵੇਲੇ ਅਸੀਂ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਮੁਕਾਬਲੇ ਸ਼ੁਰੂ ਕਰਵਾਉਣੇ ਹੈ ਜੇ ਕਾਲਾ ਸਿੰਘਿਆਂ ਤੇ ਸਿੰਗੜਾਂ ਚੱਲਦੇ ਮੈਚ ਨਹੀਂ ਆਉਂਦੀਆਂ ਤੇ ਦੋਨੋਂ ਕੱਟ ਦਿੱਤੀਆਂ ਜਾਣਗੀਆਂ ਨੋਟ ਕਰ ਲਓ ਦੋਨੋਂ ਟੀਮਾਂ ਕਿਉਂਕਿ ਕਿਸੇ ਟੀਮ ਦਾ ਕੋਈ ਇੰਤਜ਼ਾਰ ਨਹੀਂ ਜਿਹੜਾ ਆਵੇਗਾ ਫਿਰ ਕਹਿੰਦੇ ਵੀ ਵੱਡੇ ਪੱਧਰ ਦੇ ਮੁਕਾਬਲੇ ਵੀ ਹੋ ਰਹੇ ਹੈ ਇਸ ਲਈ ਕਾਲਾ ਸਿੰਘਿਆਂ ਤੇ ਸਿੰਗੜਾਂ ਨੂੰ ਲਾਸਟ ਕਾਲ ਕੀਤੀ ਜਾ ਰਹੀ ਹੈ।
कुहारा तो बनवाली ओपन दूजा सैमीफाइनल ए भी बिल्कुल तैयार हो गई टीम इधर खेल ग्राउंड कबड्डी बग्गे पिंडवाले की पेंदी हुई कि पेंदियां कबड्डियां ने चढ़ चढ़ के ते देखता जहान सारा खड़ खड़ के जिन्हें मेहनत तक जनी वो छुट्टियां उही अज पाण के मैदान च कबड्डियां जिन्हें रोज की जवानी में नशिया ने उन्होंने की खोर खोने है कुंडिया के सिंह हुसनी एक ही नारे लफा खान पीओ लाडे का वर्गिया तीस सैकंड उत्ते नंबर जाफी के लिए जितया कबड्डी मैदान च इसे पचवंजा दो का यह मैच जो ला रहे बग्गेपुर का गोबिंदपुर बठिंडे का निकी उम्र के निके खिलाड़ी मार वर्डिया मल्ला अज नहीं तो कल हो रही इन्ह दिया भी गल् इन्होंने नौजवान दिया भी गल् मैदान कितिया अज कि भी जेड़े बेला कि संदीप लद्र भी पुजे है तो दुकाल वाले बिकल की गल होनी है तो दुकाल वाले कि खुशी भी आ रहा है तो बग्गे पिड़ी मंगी का भी नाम है जलाल के पाले होगी गल नंगे अड़ियों का गोह भी उठ कहते भी संदीप भी पुजरे है खेत के ग्राउंड इस वे बाजू बग्गे पिंड वाला कबड्डी मार रहा है तो काले सिंह का गुरताज ताजा बग्गे पिड़ी दुला भी खेलेगा गल वक्री इधर मराज कबड्डी 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 के नंबर हजे अभी बेनती करते हैं दो ओपन दिया टीम काला संघिया सिंधड़ा सिंधड़ा काला संघिया हाँ जी ये दो टीम प्लीज चलते चलते ग्राउंड के और तो मैच फिनिश होने वाला आ साढ़े को उतर के टाया भाजी साढ़े को होर वेट करने का टाइम नहीं तो दो टीम ग्राउंड के पहुंचन तो जिड़िया उदू सैकंड या सैमीफाइनल बनवालीपुर के कुहाड़ा वह भी टीम तैयार हो थैंक यू बनवालीपुर के कुहाड़े की टीम को भी मेरी बेनती है भी सिंधड़ा ते काला सिंघिया काले सिंह की टीम इतने कहते दिखाई देरी कपड़े उतार दी काला सिंघिया बी तुहानू ठीक दस बजे का समा दिता सी ते बारह बज चुके है खिलाड़ी भी सोच नहीं करते बहुत माड़ी गल है समय के नाल दोनों टीम ग्राउंड में आ जाना क्योंकि चल रहा है मैच बिल्कुल समाप्ति के वाल है तो ग्राउंड जी बिल्कुल असं एक मिनट भी खाली नहीं करनी क्योंकि कबड्डी 365 दे पूरी दुनिया के खेल मेला यह लाइव टेलीकास्ट हो रहा है तो बाद जे वीर कोई कनेडा कोई अमेरिका कोई न्यूजीलैंड कोई यूरोप कोई इंग्लैंड कोई कहते भी दुबई तो लाइव देख रहा खेल मेले को आप अपने काम जो छेड़े उन्होंने वीर ने गोपी वीर भी टीम अपनी भी तैयार कर लो अपनी भी टीम तुम तैयार कर लो सिंधड़ा की टीम का जो कोई भी खिलाड़ी पुजे है तो जल्दी ना आके संपर्क करे सिंधड़ा की टीम का कोई भी खिलाड़ी जो पुजे है तो जल्दी ना आके सा गोपी होना सिंधड़ा की टीम का जेकर कोई भी प्लेयर पुजे तो आके संपर्क करे मेरी बेनती है पप्पी जी का एक बार जे माया वाली लिस्ट चेक कर दौ फिर आप दानी सिंधड़ा का सत्कार करांगे सिंधड़ा की टीम का कोई भी प्लेयर जे पुजे है तो जल्दी ना आके संपर्क करे बाबा जोरावर सिंह स्पोर्ट्स क्लब ग्राम पंचायत एमरी भरावान के बाद थोड़े योगदान के नाल यह दूसरा कबड्डी महाकुंभ जो चल रहा है बनवालीपुर की धरती से रौनक लगी है जिथे सत्कार करांगे सब तो पहला दानी सिंघड़ा का जिन्होंने दसा नाम की किरत कमाई चो बड़े योगदान दिए ने खेड मेले के वास्ते सरदार मनजीत सिंह देओल साबका प्रधान अंटारियो कबड्डी फैडरेशन कनेडा 51,000 रुपए का योगदान दे रहे हैं उन्होंने नाल ही सरदार गुरदेव सिंह जी पप्पू पंछी जी यूएसए बारे 51,000 रुपए का योगदान सरदार कुलवंत सिंह लंबरदार जर्मन 51,000 रुपए का बहुत बड़ा योगदान है सरदार अमरीत सिंह देओल चेयरमैन अंटारियो खालसा दरबार टोरंटो कनेडा 30,000 रुपए का बहुत बड़ा योगदान साढ़े वीर बलदेव रेखी जी कनेडा वाले 30,000 रुपए का बहुत बड़ा योगदान है सरदार जगजीत सिंह देओल कनेडा तो
30 ਰੁਪਏ ਦਾ ਤੁਹਾਡਾ ਯੋਗਦਾਨ ਦੇਵਾਂਗੇ। ਸਰਦਾਰ ਬਲਵੰਤ ਸਿੰਘ ਜੀ ਦੇਵ ਕਨੇਡਾ ਤੋਂ 30 ਰੁਪਏ ਦਾ ਯੋਗਦਾਨ ਹੈ। ਸਰਦਾਰ ਅਮਰੀਤ ਸਿੰਘ ਦੇਵ ਬਟਾਲੀਪੁਰ ਵਾਲੇ 20 ਰੁਪਏ ਦਾ ਤੁਹਾਡਾ ਯੋਗਦਾਨ ਦੇਵਾਂਗੇ। ਸਰਦਾਰ ਪ੍ਰਵਿੰਦਰ ਸਿੰਘ ਸ਼ੀਨਾ ਯੂਕੇ ਇਸ ਪਰਿਵਾਰ ਵੱਲੋਂ 25 ਰੁਪਏ ਦਾ ਯੋਗਦਾਨ। ਲਖਵੀ ਸਿੰਘ ਲੱਖੀ ਦੀ ਯੂਐਸਏ 25 ਰੁਪਏ ਦਾ ਯੋਗਦਾਨ। ਸਾਡੇ ਵੀਰ ਅਕਾਸ਼ ਸਿੰਘ ਦੇਵ ਕਨੇਡਾ ਵਾਲੇ 25 ਰੁਪਏ ਦਾ ਯੋਗਦਾਨ ਦੇ ਰਹੇ ਨੇ। ਸਵਰਗੀ ਸਰਦਾਰ ਕਰਨੈਲ ਸਿੰਘ ਦੀ ਬਲ ਦੇ ਪਰਿਵਾਰ ਵੱਲੋਂ ਕਨੇਡਾ ਤੋਂ 25 ਰੁਪਏ ਦਾ ਯੋਗਦਾਨ ਦਿੱਤਾ ਗਿਆ। ਬਹੁਤ ਬਹੁਤ ਧੰਨਵਾਦ। ਸਰਦਾਰ ਸੁਖਦੇਵ ਸਿੰਘ ਦੇਵ ਜੀ ਕਨੇਡਾ ਤੋਂ 20 ਰੁਪਏ ਦਾ ਯੋਗਦਾਨ। ਜਸਵਿੰਦਰ ਸਿੰਘ ਦੇਵ ਜਰਮਨ ਤੋਂ 15,000 ਰੁਪਏ। ਪਰਮਜੀਤ ਸਿੰਘ ਪੰਨਾ ਜੀ ਯੂਕੇ ਤੋਂ 14,000 ਤੇ 200 ਰੁਪਏ। ਅਵਤਾਰ ਸਿੰਘ ਬਨਵਾਲੀਪੁਰ ਵਾਲੇ 15,000 ਰੁਪਏ। ਕਰਨੈਲ ਸਿੰਘ ਦੇਵ ਜੀ ਬਹਿਰੀਨ ਤੋਂ 15,000 ਰੁਪਏ ਤੇ ਸਾਡੇ ਵੀ ਸ੍ਰੀ ਦੇਵ ਯੂਕੇ ਤੋਂ 20,000 ਰੁਪਏ ਦਾ ਯੋਗਦਾਨ। ਦੇਵਰਾਜ ਚਾਹਲ ਜੀ ਯੂਐਸਏ ਵਾਲੇ 20,000 ਰੁਪਏ ਦਾ ਯੋਗਦਾਨ। ਜਸਵੀਰ ਸਿੰਘ ਸੰਘਾ ਸਾਹਿਬ ਕਾਲੇ ਸਿੰਘਾਂ ਵਾਲੇ ਜਿਹਨਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ। ਧਰਮਪਾਲ ਵੇਖੀ ਜੀ ਕਨੇਡਾ ਵਾਲੇ ਸਾਡੇ ਵੀਰ 25,000 ਰੁਪਏ ਦਾ ਯੋਗਦਾਨ ਦੇ ਰਹੇ ਨੇ। ਬਾਤ ਵੀ ਸਤਿਕਾਰਯੋਗ ਦਾ ਸਰਦਾਰ ਹੁਕਮ ਸਿੰਘ ਜੀ ਸਾਬਕਾ ਸਰਪੰਚ ਬਨਵਾਲੀਪੁਰ ਤੋਂ 11,000 ਰੁਪਏ। ਸਰਵਰ ਸ੍ਰੀ ਦੇਵ ਸਪੇਨ ਤੋਂ 11,000 ਰੁਪਏ। ਸੁਰਜੀਤ ਸ੍ਰੀ ਦੇਵ ਜੀ ਬਨਵਾਲੀਪੁਰ ਤੋਂ 10,000 ਰੁਪਏ। ਕੁਲਦੀਪ ਸ੍ਰੀ ਦੇਵ ਜੀ ਕਨੇਡਾ ਤੋਂ 10,000 ਰੁਪਏ। ਚਰਨਦਾਸ ਚਾਹਲ ਜੀ ਬਨਵਾਲੀਪੁਰ ਵਾਲੇ 10,000 ਰੁਪਏ ਦਾ ਯੋਗਦਾਨ। ਸੁਖਵਿੰਦਰ ਸਿੰਘ ਦੇਵ ਜੀ ਯੂਕੇ ਦੇ ਵਸੇ ਹੋਏ ਆ, 10,000 ਦਾ ਯੋਗਦਾਨ ਹੈ। ਤੇ ਸਾਡੇ ਬਲਵੀਰ ਸਿੰਘ ਦੇਵ ਯੂਕੇ ਦੇ 10,000 ਦਾ ਯੋਗਦਾਨ ਦੇ ਰਹੇ ਨੇ। ਸਰਪੰਚ ਕਮਲਜੀਤ ਸਿੰਘ ਪੱਪਾ ਜੀ ਬਨਵਾਲੀਪੁਰ 10,000 ਦਾ ਯੋਗਦਾਨ ਹੈ। ਜਸਵਿੰਦਰ ਸਿੰਘ ਦੇਵ ਬਨਵਾਲੀਪੁਰ ਵਾਲੇ 2,100 ਦਾ ਯੋਗਦਾਨ ਹੈ। ਵਰਿੰਦਰ ਸਿੰਘ ਦੇਵ ਯੂਕੇ ਤੋਂ 10,000 ਦਾ ਯੋਗਦਾਨ ਦੇ ਰਹੇ ਨੇ। ਸਾਡੇ ਵੀ ਸਤਵਿੰਦਰ ਵੀਰ ਮਾਨ ਮਕੰਦਪੁਰ ਹੁਸ਼ਿਆਰਪੁਰ ਤੋਂ ਕਨੇਡਾ ਤੋਂ ਵਸੇ ਹੋਏ ਹੈ, 5,000 ਦਾ ਯੋਗਦਾਨ ਦੇ ਰਹੇ ਨੇ। ਅਵਤਾਰ ਸਿੰਘ ਜੀ ਜੱਲੋਵਾਲ ਕਨੇਡਾ ਤੋਂ 5,000 ਦਾ ਯੋਗਦਾਨ ਹੈ। ਸਾਡੇ ਵੀ ਹਰਜੀਤ ਸਿੰਘ ਜੀ ਕਨੇਡਾ ਤੋਂ 2,100 ਦਾ ਯੋਗਦਾਨ ਹੈ। ਔਰ ਬਸੰਗਰ ਦਾਸ ਜੀ ਚਾਹਲ 1,100 ਤੇ ਅਜੀਤ ਸਿੰਘ ਜੀ ਕਾਲੇ ਸਿੰਘਾਂ ਤੋਂ 1,100 ਦਾ ਯੋਗਦਾਨ ਦਿੱਤਾ ਜਾ ਰਿਹਾ ਹੈ। ਇਹਨਾਂ ਸਾਰੇ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਵੀਰਾਂ ਨੇ 10 ਨਾਂ ਦੀ ਕਿਰਤ ਕਮਾਈ ਚੋਂ ਵੱਡੇ ਯੋਗਦਾਨ ਪਾਏ ਹੈ। ਵਾਹਿਗੁਰੂ ਜੀ ਦੁੱਗੜੀ ਰਾਜ ਚੌਧਰੀ ਤੇਜੀ ਬਖਸ਼ੇ ਤਾਂ ਜੋ ਹਰ ਸਾਲ ਇਹ ਖੇਡ ਮੇਲੇ ਦੇ ਵਾਸਤੇ ਏਦਾਂ ਯੋਗਦਾਨ ਪਾਉਂਦੇ ਰਹਿਣ। ਸਾਰੇ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇਹਦੇ ਪਿਤਾ ਸਟੂਡੀਓ ਕਾਲੇ ਸਿੰਘਾਂ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਕੈਮਰੇ ਫੋਕਸ ਨੇ ਮੇਰੀ ਬੇਨਤੀ ਆ ਵੀ ਕਾਲਾ ਸਿੰਘਿਆ ਤੇ ਸਿੰਘੜਾ ਦੋਨੋਂ ਟੀਮਾਂ ਖੇਡ ਗਰਾਊਂਡ ਵਿੱਚ ਪੁੱਜਣਗੀਆਂ। ਕਾਲਾ ਸਿੰਘਿਆ ਤੇ ਸਿੰਘੜਾ ਕੁਹਾਲਾ ਤੇ ਬਨਵਾਲੀਪੁਰ ਇਹ ਵੀ ਟੀਮਾਂ ਦੇ ਤਿਆਰ ਹੋ ਕੇ ਆ ਰਹੇ ਨੇ। ਕੁਹਾਲਾ ਤੇ ਬਨਵਾਲੀਪੁਰ ਇਹ ਵੀ ਟੀਮਾਂ ਦੇ ਕੋਲ ਤਿਆਰ ਹੋ ਕੇ ਖੇਡ ਗਰਾਊਂਡ ਵਿੱਚ ਪੁੱਜਣਗੀਆਂ। ਲਾਸਟ ਸੈਕਿੰਡ ਹਾਫ ਦੀ ਖੇਡ ਬੱਗੇ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਤੇ ਸਾਹਮਣੇ ਮੈਂ ਲੱਗਿਆ ਵੀ ਦੁਨੀਆਂ ਦਾ ਮਹਾਨ ਕਬੱਡੀ ਖਿਡਾਰੀ ਇਸ ਜੀਵਨ ਨੂੰ ਕੰਢੇ ਵੀ ਵੱਡਾ ਮਾਣ ਗੁਰਤਾਜ ਤਾਜਾ ਵੀ ਕਾਲੇ ਸਿੰਘਾਂ ਵਾਲਾ ਸਾਡੇ ਕੋਲ ਪੁੱਜਿਆ ਹੈ। ਆਹ ਸਾਹਮਣੇ ਖੇਡ ਗਰਾਊਂਡ ਤੋਂ ਚੁੱਕਾਂਗੇ ਅੱਜ ਬਲਵੀਰ ਬੈਂਸ ਜੀ ਨਿਊਜ਼ੀਲੈਂਡ ਤੋਂ ਖੇਡ ਰਹੇ ਨਾਲ ਗੋਪਾ ਬੈਂਸ ਜੀ ਆਹ ਸਿਵਲ ਸਾਡਾ ਵੀਰ ਤੇ ਬਬਲ ਕੁਰੂਕਸ਼ੇਤਰ ਕਬੱਡੀ 305 ਤੇ ਲਾਈਵ ਤੱਕਣਗੇ ਖੇਡ ਮੁਕਾਬਲਾ ਵੱਖਰੀ ਆਵੇਗੀ ਜਿੱਥੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਗੁਰਦੇਵ ਸਿੰਘ ਜੀ ਪੱਪੂ ਪੰਛੀ ਜੀ ਯੂਐਸਏ ਔਰ ਉਹਨਾਂ ਦੇ ਨਾਲ ਹੀ ਕੁਲਵੰਤ ਸਿੰਘ ਜੀ ਲਸ਼ਕਰ ਲਸ਼ਕਰ ਬ੍ਰਦਰ ਵੱਡੇ ਖੇਡ ਪ੍ਰਮੋਟਰ ਮਾਰਕੀਟ ਕਬੱਡੀ ਦੇ ਇਕਬਾਲ ਸਿੰਘ ਜੀ ਧਨੋਆ ਸੰਕਰਮ ਕੈਲੀਫੋਰਨੀਆ ਤੋਂ ਲਾਈਵ ਦੇਖ ਰਹੇ ਨੇ ਖੇਡ ਮੇਲੇ ਨੂੰ। ਰੋਡਾ ਪਵਨ ਜੀ ਟੋਰਾਂਟੋ ਕਨੇਡਾ ਤੋਂ ਲਾਈਵ ਦੇਖ ਰਹੇ ਨੇ ਔਰ ਉੱਥੇ ਸੁਖੀ ਸੇਖੋ ਜੀ ਸੰਕਰਮ ਕੈਲੀਫੋਰਨੀਆ ਵਾਲੇ ਸਾਡੇ ਵੀਰ ਵੱਡੇ ਖੇਡ ਪ੍ਰਮੋਟਰ ਮਾਰਕੀਟ ਕਬੱਡੀ ਦੇ ਜਿਨ੍ਹਾਂ ਦੇ ਵੱਡੇ ਯੋਗਦਾਨ ਨੇ ਗੁਰਦੇਵ ਪੱਪੂ ਪੰਛੀ ਜੀ ਹੋਣ ਦੇ ਨਾਲ ਕਹਿੰਦੇ ਵੀ ਲਾਈਵ ਖੇਡ ਮੇਲੇ ਨੂੰ ਤੱਕ ਰਹੇ ਨੇ ਔਰ ਵੱਡਾ ਮਾਣ ਇਹਨਾਂ ਪੰਜਾਬੀ ਬੋਲਾਂ ਦਾ ਵੀ ਕਰਦੇ ਆ। ਬਹੁਤ ਬਹੁਤ ਧੰਨਵਾਦ ਮੈਂ ਆਪਣੇ ਵੱਲੋਂ ਕਰਾਂਗਾ। ਇਹ ਤੇ ਕਬੱਡੀ ਦਾ ਮੈਦਾਨ ਲਾ ਤਾਰੀ ਮਾਰਦੇ ਬੱਗੇ ਪਿੰਡ ਵਾਲੇ ਦੇ ਵਾਸਤੇ ਲਾ ਬਾਜੂ ਨੌਜਵਾਨ ਕੱਲ੍ਹ ਤੋਂ ਬਹੁਤ ਵਧੀਆ ਖੇਡ ਮੁੰਡੇ ਨੇ ਦਿਖਾਈ ਹੈ। 3 ਨੰਬਰ ਆਪਣੀ ਟੀਮ ਦੇ ਵਾਸਤੇ ਜੁੜ ਰਿਹਾ ਹੈ ਨੌਜਵਾਨ ਸਿੰਘੜਾ ਦੀ ਟੀਮ ਜਿੱਥੇ ਵੀ ਆਵਾਜ਼ ਸੁਣੀ ਹੋਵੇ ਖੇਡ ਗਰਾਊਂਡ ਦੇ ਪੁੱਜੇ ਸਿੰਘੜਾ ਦੀ ਟੀਮ। ਲਾਸਟ 1 ਮਿੰਟ ਹੈ ਸਿੰਘੜਾ ਦੀ ਟੀਮ ਨੂੰ ਖੇਡ ਗਰਾਊਂਡ ਵਿੱਚ ਪੁੱਜੇ ਸਿੰਘੜਾ ਦੀ ਟੀਮ। ਬਨਵਾਲੀਪੁਰ ਤੇ ਕੁਹਾਲੇ ਦੀ ਟੀਮ ਵੀ ਮੈਦਾਨ ਚ ਆ ਰਹੀ ਹੈ ਦੂਜਾ ਸੈਮੀ ਮੈਚ ਖੇਡਣ ਦੇ ਵਾਸਤੇ।
जे सिमरा ने टीम का कोई भी खिलाड़ी पुजिया तो संपर्क करो। चल भी बगे पुजिया पा नडवन कबड्डी पैंती है कबड्डी इस वे खेड मैदान खेड। हेलो हेलो फंड जी हेलो हेलो टेस्टिंग हेलो 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 फंड जी वाहिगुरु जी का खालसा श्री वाहिगुरु जी की फतेह। ज्ञान ध्यान किशकर्म ना जाने एक सार ना जाना मैं तेरी सब ते वड्डा सतगुर नानक जिन कल राखी मेरी। मैं समाप्त हो चुका बिट्टू जी इस स्कोर जी अनाउंसमेंट कर दियो उस तो बाद आपां लगातार मेरे वारी वारी सारे मैच कराने हैं वीपी ते एनर वीरन दा आपां धन्नवाद करांगे मैच ते सौ नंबर बोल दियो जी। इस चलदे हुए मैच दे विच बग्गे बड़े नंबर ने 22 ते गोबिंदपुर बठिंडे दे नंबर 30.5 ताड़ी मार दो 22 दे मुकाबले 30.5 अंकों दे नाल जिहड़ी गोबिंदपुर बठिंडे दी टीम जीत रही है। मैं बेनती करांगा काला सिंघां दी टीम विरोधी टीम जी है सिंधरा की जल्दी ना खेड ग्राउंड पुजे सिंधरा की टीम आज मेरी समा बहुत हो चुका है क्योंकि सवेर में आप लेट होने टू मच लेट है फिर शाम को गल औखी हो जाती है। हुणे हुणे दे भाजी मेरे काला सिंह नगर की गल करते मलकीत होनी अमरीक सिंह जी होनी भी कहते फाइनल मुकाबला काला सिंह नहीं हुआ लैटा की वजह करके जिथे मेरी रो 1,00,000 रुपया फर्स्ट नाम ते सेकंड नाम 75,000 रुपया ते दो मोटरसाइकिल हुण भी मेरे लैटर का प्रबंध हो चुका पर दर्शक वीरों ने बेनती करते हैं बैठने की कृपालता करो। केशी गाठल जी जिथे भी साड़ी आवाज सुनते हैं प्लीज साढ़े ने आके संपर्क करो। समुची पंचायत इलाके दंगत एनर वीर अज महान मेरे वीरों प्रमोटर का नगर है तो कबड्डी खिलाड़ियों का नगर है। सो मैं बेनती करेगा इलाके दंगत भी जितों तक मेरी आवाज पहुंचती है आओ इस खेड मेले में चार चल लाइए लो ओपन का जोड़ा है सैमीफाइनल मुकाबला आप जल्दी शुरू करावे और जिन्हें भी साढ़े वीएपी गैसट एनर वीर पहुंचते हैं उन्होंने बेनती कर दें भी सत्कार के प्यार स्टेज देखो किन्नी सोहनी बनवाई हुई है किन्ना सोहना प्रबंध है प्रबंध करने का भी फिर ही मेरे को आप मौका मिलता है जो अपने वीएपी गैसट आके बैठे की कृपालता कर मेले की रमता फिर शुरू हो जाए फिर संस्था के नाल ही मेले है। अज लख लख मुबारकबाद बधाइया देने मेरी रो मलकीत सिंह जी रोहल साहब उन्होंने इन्होंने परिवार को इन्होंने बच्चों इन्होंने शिष्य प्रबंधक कमेटी के मैंबर सबाना बधाइया और सब तो पहला आप टीमों बेनती करेंगे 5 मिनट का समा रोहल साहब आप दे दिता दोनों टीमों 5 मिनट के बाद दोनों टीम जी मैदान मेरे प्रवेश हो। हाँ जी बिट्टू जी करो अनाउंसमेंट फिर लगभग ठीक 1 बजे नॉर्थ इंडिया कबड्डी फेडरेशन दी है 8 जिहड़ियां चोटी दीआं क्लबां जिहड़ियां अज पिंड गईआं सौ महान नगर दे विच महान प्रमोटर ते महान खिडारी मिले रहो इन्हां मैदानां दी सैर करदे करदे देशां देशां दी धरती ते मल्लां मारदे ने। सौ अगली गल बिट्टू जी करो दोनों टीमां नूं बुलाओ जल्दी मैदान दे विच मैदान खाली है रोड ते किसे मेरे वीर ने मोटरसाइकिल व्हीकल जां जिहड़ियां छोटियां छोटियां शॉपां ਇਹ ਨਹੀਂ ਲਾਉਣੀਆਂ ਸਾਡੀ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ ਵੀ ਰੋਡ ਤੋਂ ਥਰੜੇ ਪਾਸੇ ਮੇਰੇ ਮੋਟਰਸਾਈਕਲ ਵਹੀਕਲ ਜਿਹੜੀਆਂ ਛੋਟੀਆਂ ਸ਼ਾਪਾਂ ਹੈ ਬਿਸਕੁਟ ਗੋਲ ਗੱਪੇ ਜਾਂ ਕਚਾਰੂ ਕਚੂ ਆਪਾਂ ਕਹਿ ਦਿੰਦੇ ਹਾਂ ਉਹ ਸਾਰੀਆਂ ਜਿਹੜੀਆਂ ਸ਼ਾਪਾਂ ਹੈ ਰੋਡ ਤੋਂ ਥੱਲੇ ਲਾਉਣੀਆਂ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਸੋ ਬੜੀ ਮਿਹਰਬਾਨੀ ਹੋਏਗੀ। ਹਾਂਜੀ जिन्हें भी साढ़े मेहमान साढ़े एनर वीर पहुंचते हैं असं बरालीपुर प्रबंधक कमेटी वालों धन्यवाद आखते हैं एसकॉडी साहब तुम भी इतना वेलकम करके जिन्हें भी अपने वीएपी गैसट पहुंचण गए उन्होंने सत्कार के स्टेज पर बिठाने की कृपालता करनी है और जिन्हें भी संगत पहुंची है असं क्लब वालों जी आए आखते हैं कोट एंड कोट कोट धन्यवाद आखते हैं सिंधरा की टीम। हाँ जी सिंधरा की टीम मैं बेनती करेंगे भी जल्दी मैदान में पहुंचे सिंधरा वाले हाथ खड़ा करो पता लगे कितने के तैयार होने हैं सानू पता लगे भी टीम पहुंची हुई है सिंधरा की टीम मंगा मेरे वीरों नाग इधर पास वो भी पहुंचा है सौ दिल्ली पल्लर वाला भलवानी करता करता हूं कोचिंग करता है मंगे नाग का भी विशेष तौर पर धन्यवाद आखांगे जिथे
ਬੱਬੂ ਕਲਾਰ ਜੀ, ਹੈਪੀ ਪੰਡਿਤ ਜੀ, ਜੀਆਂ ਆਖਦੇ ਆ, ਧੰਨਵਾਦ ਆਖਦੇ ਆ। ਲੋ ਦੋਨਾਂ ਟੀਮਾਂ ਨੂੰ ਬੇਨਤੀ ਕਰਦੇ ਵੀ ਜਲਦੀ ਮੈਦਾਨ ਵਿੱਚ ਪਹੁੰਚੋ। ਮੇਰੀ ਤੋਂ ਸਭ ਤੋਂ ਪਹਿਲਾਂ 2 ਮਿੰਟ ਦਾ ਸਮਾਂ, ਸੋ ਉਸ ਤੋਂ ਬਾਅਦ ਓਪਨ ਦਾ ਫਾਈਨਲ ਦਾ ਮੁਕਾਬਲਾ, ਫਿਰ ਮੇਰੇ ਲਗਭਗ ਠੀਕ ਹੈ 1 ਵਜੇ ਅਕੈਡਮੀਆਂ ਦਾ ਪਹਿਲਾ ਜਿਹੜਾ ਮੁਕਾਬਲਾ ਜਲਦੀ ਆਪਾਂ ਸ਼ੁਰੂ ਕਰਾਵਾਂਗੇ ਜੀ। ਸਿੰਧੜਾ ਤੇ ਕਾਲਾ ਸਿੰਘਿਆ ਇਹ ਟੀਮਾਂ ਅਤੇ ਖੇਡ ਗਰਾਊਂਡ ਦੀ ਪੁੱਜੀਆਂ ਹੈ। ਸਿੰਧੜਾ ਤੇ ਕਾਲਾ ਸਿੰਘਿਆ ਦੀ ਟੀਮਾਂ ਬਈ ਸਿੰਧੜਾ ਵਾਲੇ ਹੈ ਕਿਤੇ ਖਿਡਾਰੀ ਤੇ ਹੱਥ ਨਾ ਕਰੋ ਸਿੰਧੜਾ ਦੀ ਟੀਮ। ਸਿੰਧੜਾ ਦੀ ਟੀਮ ਬਾਜੀ ਸਮਾਂ ਦੇਖ ਲਓ, ਅੱਧੀ ਰਾਤ ਹੋਵੇ ਨਹੀਂ ਹੁੰਦੀ, ਤੁਹਾਡੀ ਗਲਤੀ ਦੇ ਕਾਰਨ ਅੱਧੀ ਰਾਤ ਹੁੰਦੀ ਹੈ, ਕਿਉਂਕਿ ਜਿਹੜੀਆਂ ਲਾਈਟਾਂ ਆਈਆਂ ਨਾ ਦੇਖ ਸਾਲ, ਇਹ ਸਭ ਤੋਂ ਵੱਡਾ ਕਾਰਨ ਇਹ ਹੀ ਆ ਵੀ ਮੈਚ ਜਿਹੜੇ ਰਾਤ ਨੂੰ ਹੁੰਦੇ ਆ, ਜੇ ਲਾਈਟਾਂ ਦਾ ਪ੍ਰਬੰਧ ਨਾ ਹੋਵੇ ਆਪੇ ਪਲੇ ਟੈਮ ਨਾ ਆਉਣਾ, ਪਤਾ ਵੀ ਸ਼ਾਮ ਨੂੰ ਪ੍ਰਾਈਜ ਜਿੱਤਣਾ ਹੈ। ਜੇ 2 ਜਾਂ ਟੂਰਨਾਮੈਂਟ ਲਈ ਸਹੀ ਗੱਲ ਹੋਵੇ ਪਤਾ ਵੀ ਨਾ ਪ੍ਰਾਈਜ ਜਿਹੜਾ ਵੰਡਿਆ ਜਾਵੇ ਨਾ 5-7 ਟੀਮਾਂ ਦੇ ਵਿੱਚ ਤੇ ਫਿਰ ਆਪੇ ਹੋਣਗੇ, ਕਿਉਂਕਿ ਜਿਹੜੀ ਚੋਟੀ ਦੀ ਟੀਮ ਹੈ ਉਹਨੂੰ ਪਤਾ ਵੀ ਪ੍ਰਾਈਜ ਅਸੀਂ ਜਿੱਤਣਾ ਹੈ। ਤੇ ਜੇ ਬੜੀ ਸਹੀ ਗੱਲ ਹੈ ਟੀਮਾਂ ਸਮੇਂ ਨਾਲ ਨਹੀਂ ਹੁੰਦੀਆਂ, ਖਿਡਾਰੀ ਨਿਕਲਦੇ 2-2 ਵਜੇ ਆ, 1 ਵਜੇ ਤਾਂ ਫੈਡਰੇਸ਼ਨ ਦਾ ਵੀ ਮੈਚ ਸ਼ੁਰੂ ਹੋ ਜਾਂਦਾ ਤੇ ਇਹਦੇ ਫੈਡਰੇਸ਼ਨਾਂ ਨੂੰ ਵੀ ਟੱਪਣ ਲੱਗੇ ਹੁਣ, ਜਿਹੜੇ ਪਿੰਡ ਪੱਧਰ ਦੇ ਖਿਡਾਰੀ ਉਹ ਵੀ ਨਹੀਂ ਟਾਈਮ ਨਾਲ ਆਉਂਦੇ। ਬਾਅਦ ਮਾੜੀ ਗੱਲ ਹੈ ਖਿਡਾਰੀਓ, ਤੁਹਾਡੇ ਵਾਸਤੇ 10 ਵਜੇ ਦਾ ਤੇ ਟਾਈਮ ਦੇਖ ਲਓ 12 ਤੋਂ ਉੱਪਰ ਹੋ ਚੁੱਕਿਆ ਹੈ। ਦੋਨੋਂ ਟੀਮਾਂ ਗਰਾਊਂਡ ਦੇ ਵੱਲ ਨਹੀਂ ਆ ਰਹੀਆਂ ਹੈ, ਹੁਣ ਵੀ ਜੇ ਆਵਾਜ਼ ਦੇ ਰਿਹਾ ਤੇ ਹੱਥੇ ਨਾਲ ਕਰਦੇ ਵੀ 5 ਮਿੰਟ ਹਜੇ ਵੀ ਰੁਕ ਜਾਓ। ਇਸ ਟਾਈਮ ਅਸੀਂ ਮੈਚ ਸਮਾਪਤ ਕਰਾਂਗੇ। ਸਿੰਧੜਾ ਦੀ ਟੀਮ ਤੇ ਕਾਲਾ ਸਿੰਘਿਆ ਜਿਹੜੀ ਟੀਮ ਪਹਿਲਾਂ ਗਰਾਊਂਡ ਚ ਆ ਗਈ ਵਿਰੋਧੀ ਟੀਮ ਨੂੰ 2 ਮਿੰਟ ਦਾ ਅਸੀਂ ਸਮਾਂ ਦੇਵਾਂਗੇ, ਜੇ ਨਹੀਂ ਆਊਗੀ ਤੇ ਟੀਮ ਕੱਟ ਕੇ ਪਹਿਲਾਂ ਆਉਣ ਵਾਲੀ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ। ਆ ਜਾਓ ਮੇਰੇ ਵੀਰ, 1 ਮਾਰਚ 2016 ਦਿਨ ਮੰਗਲਵਾਰ, ਭਾਗਾ ਭਰਿਆ ਨਗਰ ਤੇ ਭਾਗਾ ਭਰਿਆ ਮੇਰੀ ਉਹ ਧਰਤੀ ਹੈ। ਸੋ ਮੈਂ ਬੇਨਤੀ ਕਰਾਂਗਾ ਵੀ ਜਲਦੀ ਦੋਨਾਂ ਟੀਮਾਂ ਨੂੰ ਸਿੰਧੜਾ ਤੇ ਕਾਲਾ ਸਿੰਘਿਆ, ਮਲਕੀਤ ਸਿੰਘ ਜੀ ਦੋਇਲ ਸਾਹਿਬ ਮੇਰੇ ਵੀਰੋ, ਅੱਜ ਵੀ ਕਾਲਾ ਸਿੰਘਿਆ ਨਗਰ ਦੀ ਗੱਲ ਕਰਦੇ ਸੀ, ਫਾਈਨਲ ਮੁਕਾਬਲਾ ਦੇਖੋ 1,75,000 ਦਾ ਜਿਹੜਾ ਲੈਟਰ ਤੋਂ ਬਗੈਰ ਕੈਂਸਲ ਹੋਇਆ। ਤੁਸੀਂ ਇਹ ਦੇਖੋ ਜੇ ਆਪਾਂ ਇੰਨੇ ਵੱਡੇ ਵੱਡੇ ਪੈਸੇ ਖਰਚ ਕਰਦੇ ਹਾਂ, ਇੰਨਾ ਵੱਡਾ ਮੇਰੇ ਵੀਰੋ ਪ੍ਰਬੰਧ ਕਰਦੇ ਹਾਂ ਤੇ ਫਿਰ ਗੱਲ ਔਖੀ ਹੋ ਜਾਂਦੀ ਹੈ। ਖਿਡਾਰੀ ਵੀਰੋ ਸਾਡਾ ਸਾਥ ਦਿਓ ਔਰ ਮੈਂ ਬੇਨਤੀ ਕਰਾਂਗਾ 5 ਮਿੰਟ ਦਾ ਸਮਾਂ ਬਿੱਟੂ ਜੀ ਦੇ ਦਿਓ, 5 ਮਿੰਟ ਦਾ ਸਮਾਂ। ਜੇ 5 ਮਿੰਟ ਵਿੱਚ ਟੀਮਾਂ ਨਾ ਆਈਆਂ ਤੇ ਅਸੀਂ ਲਗਭਗ ਜੇ ਟੀਮ ਪਹਿਲਾਂ ਆ ਗਈ ਉਹ ਫਿਰ ਟਾਸ ਵਿਨਰ ਹੋਏਗੀ ਤੇ ਜੇਤੂ ਕਰਾਰ ਉਹਨੂੰ ਦਿੱਤਾ ਜਾਵੇਗਾ, ਇਹ ਨੋਟ ਕਰ ਲਓ ਮੇਰੇ ਵੀਰੋ। ਸਿੰਧੜਾ ਤੇ ਕਾਲਾ ਸਿੰਘਿਆ ਦੋਨਾਂ ਟੀਮਾਂ ਨੂੰ ਬੇਨਤੀ ਕਰਦੇ 5 ਮਿੰਟ ਦਾ ਸਮਾਂ ਬਿੱਟੂ ਜੀ ਨੋਟ ਕਰ ਲਓ, ਲਗਭਗ 30 ਸਕਿੰਟ ਹੋ ਹੀ ਗਏ ਹੈ। ਸੋ ਜਲਦੀ ਦੋਨੇ ਟੀਮਾਂ ਮੈਦਾਨ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸਾਰੇ NRI ਵੀਰਾਂ ਦਾ ਤੇ VIP ਗੈਸਟਾਂ ਦਾ, ਸਮੁੱਚੀ ਪੰਚਾਇਤ ਦਾ, ਜਿੰਨੇ ਵੀ ਸਾਡੇ ਬਾਹਰੋਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਮੇਰੇ ਵੀਰੋ ਸਾਡੇ NRI ਪਹੁੰਚੇ ਨੇ, ਲੈ ਵੀ ਸਿੰਮੇ ਆ ਜਾ ਕਬੱਡੀ ਦਾ ਜਰਨੈਲ ਬਣ ਕੇ, ਅਸੀਂ ਸਾਰੇ ਤੁਹਾਡੀ ਟੀਮ ਵੱਲ ਹੀ ਚੱਕਦੇ ਹਾਂ। ਕਾਲਾ ਸਿੰਘ ਦੀ ਟੀਮ ਮੈਦਾਨ ਵਿੱਚ ਮੇਰੇ ਲਗਭਗ ਪਹੁੰਚ ਰਹੀ ਹੈ ਤੇ ਦੂਸਰੀ ਟੀਮ ਨੂੰ ਬੇਨਤੀ ਕਰਦੇ ਹੈਪੀ ਸਿੰਧੜਾ ਵਾਲੇ ਨੂੰ ਜਲਦੀ ਟੀਮ ਮੈਦਾਨ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੇ। ਸਿੰਧੜਾ ਦੀ ਟੀਮ ਕਾਲਾ ਸਿੰਘਿਆ ਵਾਲੋ ਆ ਜਾਓ, ਕਾਲਾ ਸਿੰਘਿਆ ਨਗਰ ਹੋਵੇ ਬਰਵਾਲੀਪੁਰ ਨਗਰ ਹੋਵੇ ਕੋਈ ਫਰਕ ਨਹੀਂ ਹੈ, ਦੋਨੇ ਆਪਣੇ ਨਗਰ ਹੈ, ਆਪਣਾ ਇਲਾਕਾ ਹੈ। ਸੋ ਜਿੱਥੇ ਮਲਕੀਤ ਸਿੰਘ ਹੋਣਾ ਨੇ, ਦੋਇਲ ਸਾਹਿਬ ਹੋਣਾ ਨੇ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਕਾਲਾ ਸਿੰਘ ਦੇ ਕੱਪ ਦੇ ਵਿੱਚ ਬਹੁਤ ਵੱਡਾ ਸਾਥ ਦਿੱਤਾ। ਜਸਵੀਰ ਸਿੰਘ ਜੀ ਘੁੱਗੀ ਉਹ ਵੀ ਪਹੁੰਚਣਗੇ, ਜਤਿੰਦਰ ਸਿੰਘ ਜੀ ਲਾਲੀ, ਦੇਵ ਭਾਜੀ ਕਹਿੰਦੇ ਵੀ 1/2 ਘੰਟੇ ਤੱਕ ਜ਼ਰੂਰ ਪਹੁੰਚਣਗੇ, ਮਲਕੀਤ ਸਿੰਘ ਉਹਨਾਂ ਦੇ ਪਿਆਰੇ ਦੋਸਤ ਨੇ। ਸੋ ਉਹਨਾਂ ਦੇ ਨਗਰ ਦੀ ਟੀਮ ਹੈ, ਕਾਲਾ ਸਿੰਘ ਆਪਣਾ ਨਗਰ ਹੈ, ਸਿੰਮੇ ਵਰਗੇ, ਰਾਜੇ ਵਰਗੇ, ਮੇਰੇ ਵੀਰੋ ਉਡੜੇ ਵਰਗੇ ਸਾਰੇ ਮਹਾਨ ਖਿਡਾਰੀ ਸਾਡੇ ਦੋਸਤ ਨੇ, ਸਾਡੇ ਪਿਆਰ ਨੇ, ਪਿਆਰੇ ਨੇ। ਗੁਰਦਾਸ ਸਿੰਘ ਤਾਜਾ ਮੇਰੇ ਵੀਰੋ ਜਰਨੈਲ ਹੈ ਕਬੱਡੀ ਦਾ, ਸਾਰੇ ਆ ਜਾਓ ਸੋਨੂ, ਆਓ ਜਿੰਨੇ ਵੀ ਮੱਲ ਕਾਕੇ ਹੋਣੀ, ਪਰਵਿੰਦਰ ਹੋਣੀ ਤੇ ਸ਼ਰਨੇ ਹੋਣੀ, ਸਾਰੇ ਖਿਡਾਰੀ ਤਿਆਰ ਨੇ। ਸੋ ਸਿੰਧੜਾ ਦੀ ਟੀਮ ਨੂੰ ਉਹਦੇ ਪਾਸੇ
सोनू घोड़ा तलवंडी चौधरी वाला अपने साथियों के नाल पहुंचे असी मलकीत सिंह जी दोहल साहब होना वालों अमरीक सिंह जी होना वालों धन्यवाद आखते जी आया स्टेज से बैठने की कृपालता करो जिन्हें भी महान खिलाड़ी पहुंचते हैं सो उन्होंने धन्यवाद काले सिंह की टीम आ गई है जे दो मिनट के सिंधड़ा नहीं आती तो काले सिंह ने जेतू दिता जाएगा साढ़े बहुत ही सत्कार अमृतपाल बल जी कनेडा तो मेरे को लाइव जुड़े हुए हैं सो कहते भी सारे ताड़े जे बोल है ना और कनेडा के सुन रहे हैं असं जी आया आखते हैं धन्यवाद उन्होंने फोन आया और अमृतपाल सिंह जी जी आया आखते हैं फोन उन्होंने किया है सो दो मिनट दे दौ जी ए दूसरी टीम ने दो मिनट का समा नहीं तो कोई गल नहीं काला सिंह की टीम आप जेतू करार दे देना है ये जेडी टीम पहला बच गई टास विनर होगी नोट कर लो सारे खिलाड़ी हेलो बई बनवालीपुर ते कुहाड़ा मेरी बेनती है गोपी जी बी तुसी भी अपनी टीम जी बिल्कुल तैयार कर लो कुहाड़े की टीम कुहाड़े की टीम भी बिल्कुल तैयारी कर लवे कुहाड़े की टीम बहुत ही सराजक लखीर सिंह जी लखी भाजी धन्यवाद जी नाल माया रे मलकीत सिंह जी एक वड्डा बैग लै लो कोई इदा दी गल बरकत बड़ी पैनी है जिन्हें भी साढ़े एन आर वीर पहुंचते हैं उन्होंने बेनती करते स्टेज से बैठने की कृपालता करो भाई सिंधड़ा की टीम है कि सिंधड़ा की टीम है कि नहीं तो टीम असं मजबूर कटे जा रहे हैं नोट कर लो खिलाड़ी जरा काले सिंह की टीम जी खेड ग्राउंड पुज गई है बनवालीपुर से कुहाड़ा ये नैक्सट मैच है मल आ जा तू भी मैदान सरकारियोगा शिंदा शहरी है जी दुबई वाले 21 साल बाद बहुत बड़ा योगदान है दसा नाम की किरत कमाई चो बड़े योगदान पा रहे ने वाहेगुरु की दुगड़ी रात चौकी तरक्की बख्शी शिंदा शहरी है जी दुबई वाले 21 साल का बहुत बड़ा योगदान दे रहे ने बाबा जोरावर सिंह स्पोर्ट्स क्लब के वालों बहुत बहुत धन्यवाद समुची खेड क्लब के वालों इधर खेड मैदान सिंधड़ा का मैच हो जा रहा है सिंधड़ा के दूसरे पासे काला सिंह बहुत तगड़ा मैच जरा खेड मैदान खेडा जाना है ये सैमीफाइनल मैच जिहड़ी टीम जितेगी फाइनल प्रवेश करेगी काला सिंह ते सिंधड़ा ते उस तो अगला सिंधड़ा की टीम जी जल्दी खेड ग्राउंड पुजे सिंधड़ा की टीम